ਮਾਨ ਸਰ ਦੇ ਵਿੱਚ ਕੀ ਮਸਲਾ ਸੀ? ਉਹਨਾਂ ਜੀ ਸਾਨੂੰ 24 ਤਰੀਕ ਨੂੰ ਮੈਡ ਸਿਟੀ ਹਸਪਤਾਲ ਮੋਗਾ ਤੋਂ ਕਰਫਿਊ ਹੋਇਆ ਜੀ ਸ਼ਾਮ ਜੀ ਨੂੰ। ਉਹਦੇ ਵਿੱਚ ਸਾਨੂੰ ਇੰਟੀਮੇਸ਼ਨ ਮਿਲੀ ਵੀ ਇੱਕ ਲੜਕੀ ਹੈ ਜੀ, ਕਲਪਨਾ ਹੈ, ਨਾਂ ਹੈ, ਵਾਸੀ ਸਮਾਜ ਸਰ ਹੈ, ਜਿਹਨੇ 17 ਸਾਲ ਦੀ ਲੜਕੀ ਜਿਹਨੇ ਬੱਚੇ ਨੂੰ ਜਨਮ ਦਿੱਤਾ ਜੀ, ਜਿਹਦੇ ਵਿੱਚ ਅਸੀਂ ਇੰਸਪੈਕਟਰ ਕੁਲਵਿੰਦਰ ਕੌਰ ਆ ਜਿਹੜੀ ਪੁਲਿਸ ਲਾਈਨ 'ਚੋਂ ਹਾਇਰ ਕਰਕੇ ਜੀ, ਨਾਲ ਵੀ ਅਸੀਂ ਬਿੰਦਰਪਾਲ ਕੌਰ ਹੋਸਪਿਟਲ ਪਹੁੰਚੀਆਂ ਜੀ, ਅਤੇ ਉਹਦੀ ਸਿਸਟਰ ਦੀ ਸਟੇਟਮੈਂਟ ਲਈ ਜੀ। ਲਵਪ੍ਰੀਤ ਕੌਰ ਪਤਨੀ ਇਕਬਾਲ ਸਿੰਘ ਵਾਸੀ ਗੋਲਿਆ ਜੀ, ਉਹਨੇ ਸਟੇਟਮੈਂਟ ਦੇ ਆਧਾਰ 'ਤੇ ਜਿਹੜਾ ਅਸੀਂ ਆਤਮਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸਮਾਜ ਸਰ ਦੇ ਖਿਲਾਫ 376 3/5/6 ਪਾਸ ਕਰਕੇ ਦਾ ਮੁਕੱਦਮਾ ਦਰਜ ਕੀਤਾ ਹੈ ਜੀ। ਮੁਕੱਦਮਾ ਨੰਬਰ 42 ਹੈ, ਦੋਸ਼ੀ ਫਰਾਰ ਹੈ ਜੀ, ਅਰੈਸਟ ਕਰਨ ਲਈ ਰੇੜੀਆਂ ਦਿੱਤੀਆਂ ਜਾ ਰਹੀਆਂ ਜੀ। ਜਿਹੜਾ ਪਾਸਪੋਰਟ ਹੈ ਸਰ, ਕੁੜੀ ਦੀ ਉਮਰ ਘੱਟ ਸੀਗੀ ਸਰ? ਉਮਰ ਸੀ, ਕੁੜੀ ਦੀ ਉਮਰ 17 ਸਾਲ ਉਮਰ ਸੀਗੀ ਜੀ, ਇਸ ਕਰਕੇ ਲਾਇਆ। ਜਿਹੜੇ ਬੰਦੇ ਦੀ ਉਮਰ ਕਿੰਨੀ ਸਰ? ਇਹਦੀ ਉਮਰ ਕਰੀਬ 50 ਸਾਲ ਦੇ ਕਰੀਬ ਹੋਈ ਜੀ। ਅਤੇ ਔਰ ਗ੍ਰਿਫਤਾਰੀ ਬਾਕੀ ਸਰ? ਹਾਂ, ਗ੍ਰਿਫਤਾਰੀ ਬਾਕੀ, ਰੇੜੀਆਂ ਦਿੱਤੀਆਂ ਜਾ ਰਹੀਆਂ ਨੇ ਜੀ, ਜਲਦੀ ਕੋਸ਼ਿਸ਼ ਕਰਾਂਗੇ ਅਰੈਸਟ ਕਰਾਂ ਜੀ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮੈਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।